ਸੀ ਜਮਾਤ 320 ਐਮ ਰੇਡੀਓ ਪੰਜਾਬ ਦੀ ਗੂੰਜ ਰੇਡੀਓ ਤੁਹਾਡੀ ਸੇਵਾ 'ਚ ਪੇਸ਼ ਕੀਤਾ ਜਾ ਰਿਹਾ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਬਿਲਕੁਲ ਹਟ ਕੇ ਸਬਜੈਕਟ ਦੇ ਉੱਤੇ ਗੱਲ ਕਰਦੇ ਹਾਂ ਲੇਕਿਨ ਵੈਸੇ ਦੇਖਿਆ ਜਾਵੇ ਇਸ ਸਬਜੈਕਟ ਦੇ ਉੱਤੇ ਗੱਲ ਤਾਂ ਅਸੀਂ ਬੜੀ ਵਾਰੀ ਕੀਤੀ ਹੈ ਲੇਕਿਨ ਇਸ ਗੱਲਬਾਤ ਦੇ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਆਏ ਇੱਕ ਸਾਡੇ ਇੱਥੇ ਲੇਖਕ ਨੇ ਜਿਨ੍ਹਾਂ ਨੇ ਕੋਈ ਤਕਰੀਬਨ 30 ਕਿਤਾਬਾਂ ਲਿਖੀਆਂ ਨੇ ਔਰ ਕਿਤਾਬਾਂ ਜਿਹੜੀਆਂ ਉਹ ਲਿਖਦੇ ਉਹ ਕੋਈ ਕਹਾਣੀਆਂ ਜਾਂ ਇਹ ਨਹੀਂ ਬਲਕਿ ਲੋਕਾਂ ਨੂੰ ਪੋਜ਼ਿਟਿਵ ਮਤਲਬ ਜਿਹੜੀ ਹੈ ਲੋਕਾਂ ਦੀ ਸੋਚ ਨੂੰ ਬਣਾਉਣ ਦੇ ਲਈ ਮੋਟੀਵੇਸ਼ਨਲ ਉਹ ਆਰਟੀਕਲ ਲਿਖਦੇ ਨੇ ਮੈਂ ਉਹਨਾਂ ਨਾਲ ਹੁਣੇ ਪਹਿਲਾਂ ਗੱਲ ਕੀਤੀ ਉਹਨਾਂ ਦਾ ਅਸਲੀ ਨਾਂ ਹੈ ਜਤਿੰਦਰ ਜੌਲੀ ਜਤਿੰਦਰ ਜੌਲੀ ਹੋਰ ਬਿਮਾਰ ਹੋ ਗਏ ਸਨ ਕਿਸੇ ਵੇਲੇ ਹਾਂਜੀ ਮੈਂ ਤੁਹਾਨੂੰ ਬਰੀਫਲੀ ਉਹਨਾਂ ਦੀ ਇੰਟਰੋਡਕਸ਼ਨ ਦੇ ਦਿਆਂ ਬਿਮਾਰ ਹੋ ਗਏ ਸਨ ਔਰ ਉਹ ਤੋਂ ਬਾਅਦ ਮਤਲਬ ਹੀ ਵੈਂਟ ਇਨ ਟੂ ਡਿਪਰੈਸ਼ਨ ਔਰ ਉਹ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਇਹਨੇ ਸੋਚਿਆ ਕਿ ਮੈਨੂੰ ਕੁਛ ਨਾ ਕੁਛ ਤਾਂ ਕਰਨਾ ਪਏਗਾ ਉਹਨੇ ਫਿਰ ਬੈਠ ਕੇ ਕੁਝ ਆਰਟੀਕਲ ਲਿਖਣੇ ਸ਼ੁਰੂ ਕੀਤੇ ਜਿਹੜੇ ਅਖਬਾਰਾਂ 'ਚ ਚੱਲ ਗਏ ਉੱਥੇ ਇੱਕ ਪੰਜਾਬ ਕੇਸਰੀ ਅਖਬਾਰ ਹੈਗੀ ਆ ਜਿਹੜੀ ਕਾਫੀ ਵੱਡੀ ਗਿਣਤੀ ਵਿੱਚ ਪਹਿਲਾਂ ਵੀ ਛਪਦੀ ਸੀ ਹੁਣ ਵੀ ਛਪਦੀ ਆ ਕਾਫੀ ਚਿਰ ਉਹਦੇ ਵਿੱਚ ਲਿਖਦੇ ਰਹੇ ਔਰ ਉਹ ਤੋਂ ਬਾਅਦ ਇਹਨਾਂ ਨੇ ਕੁਝ ਕਿਤਾਬਾਂ ਵੀ ਜਿਹੜੀਆਂ ਲਿਖੀਆਂ ਇਹਨਾਂ ਦੀਆਂ ਕਿਤਾਬਾਂ ਬੜੀਆਂ ਪਾਪੂਲਰ ਹੋਈਆਂ ਸਾਡੇ ਵਿੱਚ ਜਿਹੜੀ ਨੈਗੇਟਿਵ ਸੋਚ ਹੈ ਉਹ ਆਮ ਤੌਰ ਦੇ ਉੱਤੇ ਹਰ ਵੇਲੇ ਆ ਜਾਂਦੀ ਅਸੀਂ ਹਰ ਚੀਜ਼ ਤੋਂ ਘਬਰਾ ਜਾਂਦੇ ਹਾਂ ਲੇਕਿਨ ਤੁਹਾਨੂੰ ਕੋਈ ਪੋਜ਼ਿਟਿਵ ਉਹਦਾ ਪੱਖ ਦਿਖਾ ਲੈਣ ਦੇ ਲਈ ਹੈ ਜੀ ਜੇ ਕੋਈ ਲਿਖਦਾ ਤਾਂ ਉਹਦੀ ਗੱਲਬਾਤ ਹੋਣੀ ਚਾਹੀਦੀ ਆ ਇਸੇ ਕਰਕੇ ਅਸੀਂ ਉਹਨਾਂ ਤੁਹਾਡੀ ਸੇਵਾ 'ਚ ਪੇਸ਼ ਕਰ ਰਹੇ ਹਾਂ ਇਹਨਾਂ ਨੂੰ ਵੈਸੇ ਕਿਹਾ ਜਾਂਦਾ ਅੰਕਲ ਜੌਲੀ ਹੈ ਜੀ ਵੈਸੇ ਇਹਨਾਂ ਦਾ ਨਾਂ ਹੈ ਜਤਿੰਦਰ ਜੌਲੀ ਅਤੇ ਮੈਂ ਇਹਨਾਂ ਨੂੰ ਜਤਿੰਦਰ ਜੀ ਕਹਿ ਕੇ ਹੀ ਮੁਖਾਤਿਬ ਹੋਵਾਂਗਾ ਜੌਲੀ ਸਾਹਿਬ ਪੰਜਾਬ ਦੀ ਗੂੰਜ ਜ਼ਿੰਦਗੀ ਜੀ ਆਇਆ ਜੀ ਤੁਹਾਨੂੰ ਬਹੁਤ ਸ਼ੁਕਰੀਆ ਕੁਲਦੀਪ ਦੀਪਕ ਜੀ ਪੰਜਾਬ ਦੀ ਗੂੰਜ ਸਾਰੀ ਟੀਮ ਦਾ ਕਿ ਤੁਸੀਂ ਅੱਜ ਕੱਲ੍ਹ ਮੌਕਾ ਦਿੱਤਾ ਕਿ ਕੈਨੇਡਾ ਦੇ ਔਰ ਅਮਰੀਕਾ ਦੇ ਬਹੁਤ ਸਾਰੇ ਸੁਣਨ ਵਾਲਿਆਂ ਨਾਲ ਮੈਂ ਗੱਲ ਕਰ ਸਕਾਂ ਔਰ ਅਸੀਂ ਪੋਜ਼ਿਟਿਵਿਟੀ ਦੇ ਉੱਤੇ ਕੁਝ ਥੋਟਸ ਜਿਹੜੇ ਨੇ ਉਹ ਉਹਦੇ ਨਾਲ ਕਿ ਸ਼ੇਅਰ ਕਰ ਸਕੀਏ ਜੀ ਹਾਂ ਮੇਰਾ ਖਿਆਲ ਹੈ ਕਿ ਦੁਨੀਆ ਭਰ ਦੇ ਵਿੱਚ ਜੌਲੀ ਸਾਹਿਬ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਮੈਂ ਮੀਡੀਆ ਦੇ ਵਿੱਚ ਹਾਂ ਮੈਨੂੰ ਪਤਾ ਅਸੀਂ ਜਿੰਨੀਆਂ ਖਬਰਾਂ ਸਾਡੇ ਕੋਲ ਆਉਂਦੀਆਂ ਜਾਂ ਜਿਹੜੀਆਂ ਅਸੀਂ ਅੱਗੇ ਹੈ ਜੀ ਆਪਣੇ ਸਰੋਤਾਂ ਤੱਕ ਭੇਜਦੇ ਹਾਂ ਉਹਦੇ ਵਿੱਚ ਇੰਨਾ ਕੁਛ ਹੈ ਕਿ ਅੱਜ ਕੱਲ੍ਹ ਤਾਂ ਘਬਰਾ ਜਾਂਦਾ ਆਦਮੀ ਹੈ ਜੀ ਹਰ ਚੀਜ਼ ਨੈਗੇਟਿਵ 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 ਤੋ ਤੁਹਾਡੀ ਇਹ ਜਿਹੜੀ ਸੋਚ ਹੈ ਜਾਂ ਜਿਹੜੀਆਂ ਤੁਹਾਡੀਆਂ ਕਿਤਾਬਾਂ ਜਾਂ ਜਿਹੜੇ ਤੁਸੀਂ ਆਰਟੀਕਲ ਲਿਖੇ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਸਾਡੇ ਸਰੋਤਿਆਂ ਨੂੰ ਪਹਿਲਾਂ ਦੇਖੋ ਜੀ ਮੈਂ ਜਦੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਿਮਾਰੀ ਦੇ ਦੌਰ ਤੋਂ ਨਿਕਲਿਆ ਤੇ ਉਸ ਟਾਈਮ ਕਾਫੀ ਮੇਰੀ ਤਬੀਅਤ ਖਰਾਬ ਸੀ ਤੇ ਉਸ ਟਾਈਮ ਮਨ ਇੱਥੇ ਆਇਆ ਕਿ ਇਸ ਸਟੇਜ ਉੱਤੇ ਹਾਰ ਮੰਨ ਲੈਣਾ ਜਿਹੜਾ ਹੈਗਾ ਉਹ ਕੋਈ ਬਹਾਦਰੀ ਦਾ ਕੰਮ ਨਹੀਂ ਹੈਗਾ ਤੇ ਮੈਂ ਆਪਣੇ ਆਪ ਨੂੰ ਆਪਣੇ ਮਾਈਂਡ ਨੂੰ ਕੰਟਰੋਲ ਕੀਤਾ ਔਰ ਇੱਕ ਵਾਰੀ ਫਿਰ ਨਵੇਂ ਸਿਰ ਤੋਂ ਜ਼ਿੰਦਗੀ ਸ਼ੁਰੂ ਕੀਤੀ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਹੁੰਦਾ ਹੈਗਾ ਉਹ ਸਾਡੀ ਦਿਮਾਗੀ ਸੋਚ ਦਾ ਹੁੰਦਾ ਹੈਗਾ ਇੱਕ ਪੋਜ਼ਿਟਿਵ ਥੋਟ ਜਿਹੜਾ ਹੈਗਾ ਉਹ ਸਾਨੂੰ ਬਹੁਤ ਸਾਰੀ ਤਾਕਤ ਦਿੰਦਾ ਹੈਗਾ ਜਿਹਦੇ ਨਾਲ ਅਸੀਂ ਐਸੇ ਐਸੇ ਕੰਮ ਵੀ ਕਰ ਲੈਂਦੇ ਹਾਂ ਜਿਹਨੂੰ ਸਾਡੇ ਆਸ ਪਾਸ ਵਾਲੇ ਸਾਰੇ ਕਹਿੰਦੇ ਨੇ ਕਿ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਪੋਜ਼ਿਟਿਵ ਥੋਟ ਨੂੰ ਮੈਂ ਇੱਕ ਬੀਜ ਦੀ ਤਰ੍ਹਾਂ ਦੇਖਦਾ ਜਿੱਦਾਂ ਇੱਕ ਬੀਜ ਅਸੀਂ ਜ਼ਮੀਨ ਵਿੱਚ ਪਾ ਦਿੰਦੇ ਹਾਂ ਔਰ ਉਹਨੂੰ ਜੇ ਠੀਕ ਠਾਕ ਮਾਹੌਲ ਖਾਦ ਪਾਣੀ ਮਿਲਦਾ ਹੈਗਾ ਤੇ ਕੁਛ ਅਰਸੇ ਬਾਅਦ ਹੀ ਉਹ ਸਾਨੂੰ ਹਜ਼ਾਰਾਂ ਫਲ ਕਈ ਵਾਰੀ ਤੇ ਅਣਗਿਣਤ ਫਲ ਸਾਨੂੰ ਉਹ ਦਿੰਦਾ ਹੈਗਾ ਇਸੇ ਤਰ੍ਹਾਂ ਇੱਕ ਪੋਜ਼ਿਟਿਵ ਥੋਟ ਜਦੋਂ ਸਾਡੇ ਦਿਮਾਗ ਵਿੱਚ ਆਉਂਦਾ ਔਰ ਅਸੀਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰਦੇ ਹਾਂ ਔਰ ਉਹਦੀ ਸੋਚ ਨੂੰ ਲੈ ਕੇ ਅੱਗੇ ਵਧਦੇ ਹੈਗੇ ਹਾਂ ਤੇ ਉਹਦੇ ਨਾਲ ਸਾਨੂੰ ਵੀ ਨਹੀਂ ਅੰਦਾਜ਼ਾ ਹੁੰਦਾ ਕਿ ਅਸੀਂ ਕਈ ਵਾਰੀ ਕਿੱਥੇ ਤੱਕ ਪਹੁੰਚ ਜਾਂਦੇ ਹਾਂ ਇਹ ਲਾਈਫ ਵਿੱਚ ਮੈਂ ਆਪਣਾ ਖੁਦ ਐਗਜ਼ਾਮਪਲ ਦੇਖੇ ਕਿਉਂਕਿ ਮੈਂ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਕਿ ਮੈਂ ਰਾਈਟਰ ਬਣਾਂਗਾ ਅੱਜ 30 ਕਿਤਾਬਾਂ ਤਕਰੀਬਨ 12 ਮੇਰੀਆਂ ਲੈਂਗੁਏਜ ਦੇ ਵਿੱਚ ਪਬਲਿਸ਼ ਹੋ ਰਹੀਆਂ ਨੇ ਔਰ 700 ਤੋਂ ਜ਼ਿਆਦਾ ਆਰਟੀਕਲ ਪਬਲਿਸ਼ ਹੋ ਚੁੱਕੇ ਨੇ 100 ਤੋਂ ਜ਼ਿਆਦਾ ਮੈਨੂੰ ਭਾਰਤ ਸਰਕਾਰ ਔਰ ਦੂਸਰੀਆਂ ਸੰਸਥਾਵਾਂ ਵੱਲੋਂ ਅਵਾਰਡ ਦਿੱਤੇ ਗਏ ਨੇ ਤੇ ਸਿਰਫ ਇਹ ਇਸ ਕਰਕੇ ਕਿ ਮੈਂ ਕਦੀ ਕੋਈ ਚੀਜ਼ ਟਾਈਮ ਪਾਸ ਲਈ ਨਹੀਂ ਲਿਖੀ ਹਮੇਸ਼ਾ ਕੋਈ ਚੀਜ਼ ਜਿਹੜਾ ਵੀ ਕੰਮ ਕਰੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਉਹਦੇ ਅੱਜ ਵੀ ਔਰ ਆਉਣ ਵਾਲੇ ਟਾਈਮ ਵਿੱਚ ਵੀ ਕੁਛ ਨਾ ਕੁਛ ਸਾਨੂੰ ਔਰ ਨਵੀਂ ਜਨਰੇਸ਼ਨ ਨੂੰ ਸਿੱਖਣ ਨੂੰ ਮਿਲੇ ਮੈਂ ਸਮਝਦਾ ਕਿ ਹਾਂਜੀ ਇਸੇ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਰੇਡੀਓ ਦੇ ਉੱਤੇ ਆਓ ਕਿਉਂਕਿ ਨਕਾਰਾਤਮਕ ਜਿਹੜੀ ਸੋਚ ਹੈ ਜਿਹਨੂੰ ਅਸੀਂ ਨੈਗੇਟਿਵ ਸੋਚ ਕਹਿੰਦੇ ਹਾਂ ਅਸੀਂ ਹਰ ਵੇਲੇ ਸੋਚਦੇ ਹਾਂ ਪਰ ਮੇਰਾ ਖਿਆਲ ਹੈ ਕਿ ਮੈਂ ਹੋਰ ਕੁਛ ਆਰਟੀਕਲ ਵੀ ਪੜ੍ਹੇ ਨੇ ਕਿਹਾ ਜਾਂਦਾ ਕਿ ਤੁਹਾਡਾ ਮਨ ਇੰਨਾ ਤਕੜਾ ਹੈ ਇੰਨਾ ਤਾਕਤਵਰ ਹੈ ਕਿ ਜੇ ਤੁਸੀਂ ਇਸ ਨੂੰ ਕੋਈ ਚੰਗੀ ਸੇਧ ਦੇ ਦਿਓ ਜਾਂ ਜਿਹਨੂੰ ਅਸੀਂ ਸਕਾਰਾਤਮਕ ਸੇਧ ਕਹਿੰਦੇ ਹਾਂ ਜਾਂ ਪੋਜ਼ਿਟਿਵਿਟੀ ਜਿਹਦੀ ਗੱਲ ਕਰਦੇ ਹੋ ਤੁਸੀਂ ਹੈ ਜੀ ਤੇ ਉਹਦੇ ਨਾਲ ਤੁਸੀਂ ਬਹੁਤ ਸਾਰੀਆਂ ਆਪਣੀਆਂ ਪ੍ਰੋਬਲਮਸ ਹੱਲ ਕਰ ਸਕਦੇ ਹੋ ਸੱਚੀ ਗੱਲ ਹੈ ਜੀ ਇਹ ਬਿਲਕੁਲ ਠੀਕ ਹੈ ਐਕਚੁਅਲੀ ਸਾਨੂੰ ਜਿਹੜਾ ਇੱਕ ਲੈਕ ਆਫ ਕੋਨਫੀਡੈਂਸ ਹੁੰਦਾ ਹੈਗਾ ਇੱਕ ਸਾਡੇ ਮਨ ਵਿੱਚ ਡਰ ਹੁੰਦਾ ਹੈ ਕਿ ਨਹੀਂ ਇਹ ਮੇਰੇ ਕੋਲੋਂ ਕੰਮ ਹੋਏਗਾ ਨਹੀਂ ਇਹ ਮੈਂ ਕਰ ਨਹੀਂ ਸਕਦਾ ਇਹ ਮੇਰੇ ਵੱਸ ਦਾ ਨਹੀਂ ਹੈਗਾ ਇਹ ਜਿਹੜਾ ਡਰ ਹੈਗਾ ਸਭ ਤੋਂ ਪਹਿਲੇ ਸਾਨੂੰ ਇਹ ਡਰ ਕੱਢਣਾ ਪੈਂਦਾ ਜਿਸ ਤਰ੍ਹਾਂ ਹੀ ਇਹ ਡਰ ਨਿਕਲਦਾ ਹੈਗਾ ਤੇ ਸਾਡੇ ਅੰਦਰ ਖੁਦ ਇੱਕ ਕੋਨਫੀਡੈਂਸ
ਬੰਦ ਹੈਗਾ ਉਹ ਕੰਫੀਡੈਂਸ ਉਹ ਸਾਡੀ ਜਿਹੜੀ ਸੋਚ ਹੈ ਸਭ ਤੋਂ ਵੱਡੀ ਗੱਲ ਸੋਚ ਦੇ ਉੱਤੇ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਨਾ ਚਾਹਾਂਗਾ ਕਿ ਰੱਬ ਨੇ ਹਰ ਚੀਜ਼ ਦੀ ਲਿਮਿਟ ਬਣਾਈ ਹੈ ਇੱਕ ਕਾਰ ਹੈ ਉਹਦੀ ਲਿਮਿਟ ਹੈ ਇੱਕ ਬੱਸ ਹੈ ਹਵਾਈ ਜਹਾਜ਼ ਉਹਦੀ ਲਿਮਿਟ ਹੈ ਵੀ ਇੱਥੇ ਕਿੰਨੇ ਬੰਦੇ ਬੈਠ ਸਕਦੇ ਲੇਕਿਨ ਸਾਡੀ ਸੋਚ ਦੀ ਕੋਈ ਲਿਮਿਟ ਨਹੀਂ ਹੈਗੀ ਅਸੀਂ ਕਿਸੇ ਵੀ ਹੱਦ ਤੱਕ ਕੁਛ ਵੀ ਸੋਚ ਸਕਦੇ ਹਾਂ ਕਿ ਵੀ ਮੈਂ ਕੈਨੇਡਾ ਜਾਣਾ ਹੈ ਉੱਥੇ ਜਾ ਕੇ ਮੈਂ ਚੰਗਾ ਘਰ ਬਣਾਉਣਾ ਹੈ ਉੱਥੇ ਮੈਂ ਜਾ ਕੇ ਕੈਨੇਡਾ ਚ ਰਹਿਣਾ ਹੈਗਾ ਤੇ ਅਸੀਂ ਕਿਸੇ ਹੱਦ ਤੱਕ ਵੀ ਉਸ ਚੀਜ਼ ਨੂੰ ਸੋਚ ਸਕਦੇ ਹਾਂ ਔਰ ਸਭ ਤੋਂ ਵੱਡੀ ਗੱਲ ਹੈ ਜੋ ਕੁਝ ਅਸੀਂ ਸੋਚ ਸਕਦੇ ਹਾਂ ਜੇ ਉਸ ਸੋਚ ਦੇ ਪਿੱਛੇ ਅਸੀਂ ਪੋਜ਼ਿਟਿਵ ਐਫਰਟ ਲਗਾ ਦਿੰਦੇ ਹਾਂ ਆਪਣੇ ਪੂਰੇ ਤੇ ਇੱਕ ਨਾ ਇੱਕ ਦਿਨ ਦੇਰ ਸਵੇਰ ਜ਼ਰੂਰ ਹੋ ਸਕਦੀ ਹੈ ਲੇਕਿਨ ਅਸੀਂ ਉਸ ਚੀਜ਼ ਨੂੰ ਅਚੀਵ ਕਰ ਲੈਂਦੇ ਹਾਂ ਲਾਈਫ ਵਿੱਚ ਪੰਜਾਬ ਦੀ ਗੂੰਜ ਰੇਡੀਓ ਪ੍ਰੋਗਰਾਮ ਦੇ ਵਿੱਚ ਅਸੀਂ ਅੰਕਲ ਜੌਲੀ ਜਿਹਨਾਂ ਦਾ ਅਸਲੀ ਨਾਂ ਜਤਿੰਦਰ ਜੌਲੀ ਔਰ ਜਿਵੇਂ ਤੁਹਾਨੂੰ ਦੱਸਿਆ ਹੈ ਕਿ 30 ਕਿਤਾਬਾਂ ਔਰ ਵੱਖ ਵੱਖ ਜ਼ੁਬਾਨਾਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਇਹਨਾਂ ਦੀਆਂ ਉਹ ਲੱਥਾਂ ਹੋਈਆਂ ਨੇ ਗੱਲ ਅਸਲ ਦੇ ਵਿੱਚ ਇਹ ਹੈ ਕਿ ਤੁਸੀਂ ਆਪਣੀ ਸੋਚ ਨੂੰ ਜਿਹੜੀ ਨਕਾਰਾਤਮਕ ਸੋਚ ਹੈ ਉਹਨੂੰ ਸਕਾਰਾਤਮਕ ਕਿਵੇਂ ਬਣਾ ਸਕਦੇ ਹੋ ਨੈਗੇਟਿਵ ਨੂੰ ਪੋਜ਼ਿਟਿਵ ਕਿਵੇਂ ਕਰ ਸਕਦੇ ਹੋ ਤੁਹਾਡੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਆ ਉਹਦੇ ਵਿੱਚ ਜੋ ਕੁਛ ਕੰਮਾਂ ਦੀ ਜਿਹੜੀ ਤੁਸੀਂ ਆਸ਼ਾ ਰੱਖਦੇ ਹੋ ਹੈ ਜੀ ਉਹ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਅਸੀਂ ਇੱਕ ਕਮਰਸ਼ੀਅਲ ਬ੍ਰੇਕ ਲੈ ਰਹੇ ਹਾਂ ਔਰ ਇਹ ਗੱਲਬਾਤ ਜਾਰੀ ਰਹੇਗੀ CJMR ਤੇ SVM ਰੇਡੀਓ ਪੰਜਾਬ ਦੀ ਗੂੰਜ ਰੇਡੀਓ ਪ੍ਰੋਗਰਾਮ 'ਚ ਜਤਿੰਦਰ ਜੌਲੀ ਜਿਹੜੇ ਕਿ ਜੌਲੀ ਅੰਕਲ ਕਰਕੇ ਜਾਣੇ ਜਾਂਦੇ ਨੇ ਔਰ ਇਹਨਾਂ ਦੀਆਂ ਕਿਤਾਬਾਂ ਜਿੰਨੀਆਂ ਵੀ ਛਪੀਆਂ ਨੇ ਵੱਖ ਵੱਖ ਜ਼ੁਬਾਨਾਂ ਦੇ ਵਿੱਚ ਉਹ ਵੀ ਜੌਲੀ ਅੰਕਲ ਦੇ ਨਾਂ ਦੇ ਉੱਤੇ ਛਪੀਆਂ ਨੇ ਰੇਡੀਓ ਦੇ ਉੱਤੇ ਇੰਡੀਆ 'ਚ ਰੇਡੀਓ ਪਰਸਨੈਲਿਟੀ ਨੇ ਕੁਝ ਕੁ ਸਮੇਂ ਲਈ ਇੱਥੇ ਆਪਣੇ ਦੋ ਬੱਚਿਆਂ ਨੂੰ ਇਹ ਮਿਲਣ ਆਏ ਹੋਏ ਨੇ ਤੋ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੋ ਹਜੇ ਇਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਹੋ ਰਹੀ ਹੈ ਗੱਲਬਾਤ ਹੋ ਰਹੀ ਹੈ ਅਸਲ 'ਚ ਸਾਡੇ ਵਿੱਚ ਬਹੁਤ ਸਾਰੇ ਲੋਕ ਨੇ ਜਿਵੇਂ ਪਹਿਲਾਂ ਵੀ ਕਿਹਾ ਹੈ ਕਿ ਸਾਡੇ 'ਚ ਨਕਾਰਾਤਮਕ ਜਿਹੜੀ ਸੋਚ ਹੈ ਉਹ ਬੜੀ ਆ ਜਾਂਦੀ ਹੈ ਨੈਗੇਟਿਵ ਸੋਚ ਉਹਨੂੰ ਪੋਜ਼ਿਟਿਵ ਕਿਵੇਂ ਬਣਾਉਣਾ ਇਹ ਬੜਾ ਅਹਿਮ ਅਸਲ 'ਚ ਇਸ਼ੂ ਹੈ ਜਿਹਨੂੰ ਅਸੀਂ ਕਈ ਵਾਰੀ ਬੜਾ ਲਾਈਟਲੀ ਰਹਿੰਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਤੋ ਮੈਂ ਆਪਣੇ ਸੋਤਿਆਂ ਲਈ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਕਿਸੇ ਮਨ ਦੇ ਵਿੱਚ ਆਦਮੀ ਦਾ ਇਹ ਐਟੀਚਿਊਡ ਬਣ ਗਿਆ ਨਹੀਂ ਜੀ ਇਹ ਕੰਮ ਨਹੀਂ ਆਉਣਾ ਇਹ ਨਹੀਂ ਹੋ ਨਹੀਂ ਸਕਣਾ ਜੀ ਮੈਂ ਤਾਂ ਕਿਤੇ ਪਹੁੰਚ ਨਹੀਂ ਸਕਣਾ ਹੈ ਜੀ ਮੈਂ ਪੜ੍ਹਾਈ ਨਹੀਂ ਕਰ ਸਕਣੀ ਮੈਂ ਅਮੀਰ ਨਹੀਂ ਹੋਣਾ ਜਾਂ ਮੇਰੇ ਕੋਲ ਇੰਨੇ ਪੈਸੇ ਨਹੀਂ ਆਉਣੇ ਇਹ ਜਿਹੜੀਆਂ ਸੋਚਾਂ ਨੇ ਇਹਨੂੰ ਪੋਜ਼ਿਟਿਵ ਕਰਨ ਲਈ ਤੁਸੀਂ ਮੈਨੂੰ ਇੱਕ ਐਗਜ਼ਾਮਪਲ ਦਿਓ ਕਿ ਇਹਨੂੰ ਕਿਵੇਂ ਪੋਜ਼ਿਟਿਵ ਕੀਤਾ ਜਾ ਸਕਦਾ ਜੀ ਇਹਦੇ ਲਈ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਸਭ ਤੋਂ ਪਹਿਲੇ ਤੇ ਸਾਨੂੰ ਆਪਣਾ ਹੌਸਲਾ ਔਰ ਸੈਲਫ ਕੰਫੀਡੈਂਸ ਜਿਹੜਾ ਹੈਗਾ ਉਸ ਨੂੰ ਰੈਗੂਲਰ ਮੇਨਟੇਨ ਕਰਕੇ ਰੱਖਣਾ ਪੈਂਦਾ ਹੈਗਾ ਹੌਸਲਾ ਔਰ ਹਿੰਮਤ ਆਦਮੀ ਨੂੰ ਕਦੇ ਨਹੀਂ ਛੱਡਣੀ ਚਾਹੀਦੀ ਕਿਉਂਕਿ ਹਿੰਮਤ ਸਾਡੇ ਅੰਦਰ ਹੁੰਦੀ ਏ ਸਿਰਫ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਐਕਸਪਲੋਰ ਨਹੀਂ ਕਰਦੇ ਹੈਗੇ ਉਸ ਨੂੰ ਖੁੱਲ ਕੇ ਸਾਹਮਣੇ ਨਹੀਂ ਲਿਆਂਦੇ ਤੇ ਉਹਦੇ ਕਰਕੇ ਇੱਕ ਅਣਚਾਹ ਜਾਂ ਡਰ ਸਾਡੇ ਅੰਦਰ ਪੈਦਾ ਹੋ ਜਾਂਦਾ ਜਿਹੜਾ ਸਾਨੂੰ ਇੰਨਾ ਅੱਗੇ ਵਧਣ ਤੋਂ ਰੋਕਦਾ ਹੈਗਾ ਔਰ ਬਾਕੀ ਰਹੀ ਜਿੱਥੇ ਤੱਕ ਪੋਜ਼ਿਟਿਵ ਥੋਟਸ ਦੀ ਗੱਲ ਤੇ ਉਹਦਾ ਮੈਂ ਇੱਕ ਸਿੱਧਾ ਜਿਹਾ ਐਗਜ਼ਾਮਪਲ ਦਿਆਂਗਾ ਅੱਜ ਅਸੀਂ ਸਾਰੇ ਕੰਪਿਊਟਰ ਯੂਜ਼ ਕਰਦੇ ਹਾਂ ਜੇ ਕੰਪਿਊਟਰ ਦੇ ਵਿੱਚ ਇੱਕ ਵੀ ਨੈਗੇਟਿਵ ਫਾਈਲ ਹੋਏ ਤੇ ਉਹ 500 ਪੋਜ਼ਿਟਿਵ ਫਾਈਲਾਂ ਨੂੰ ਪ੍ਰੋਪਰਲੀ ਕੰਮ ਨਹੀਂ ਕਰਨ ਦਿੰਦੀ ਤੇ ਸਾਨੂੰ ਸਭ ਤੋਂ ਪਹਿਲੇ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਮਨ ਦੇ ਅੰਦਰ ਸਾਡੇ ਦਿਮਾਗ ਵਿੱਚ ਐਸਾ ਕਿਹੜਾ ਨੈਗੇਟਿਵ ਵਿਚਾਰ ਹੈਗਾ ਜਿਹੜਾ ਬਾਰ ਬਾਰ ਸਾਨੂੰ ਡਿਸਟਰਬ ਕਰਦਾ ਹੈਗਾ ਸਾਨੂੰ ਸਾਡੇ ਗੋਲ ਵੱਲ ਜਾਣ ਨੂੰ ਡਿਸਟਰੈਕਟ ਕਰਦਾ ਉੱਥੇ ਸਾਨੂੰ ਨਹੀਂ ਪਹੁੰਚਣ ਦਿੰਦਾ ਸਭ ਤੋਂ ਪਹਿਲੇ ਉਸ ਥੋਟ ਨੂੰ ਬਿਲਕੁਲ ਹਮੇਸ਼ਾ ਲਈ ਹਟਾਉਣਾ ਚਾਹੀਦਾ ਹੈਗਾ ਔਰ ਜਿੱਥੇ ਤੱਕ ਹੋ ਸਕੇ ਚੰਗੇ ਸਿਆਣੇ ਲੋਕਾਂ ਦੇ ਵਿੱਚ ਬੈਠੋ ਥੋੜੇ ਜਿਹੇ ਆਪਣੀ ਉਮਰ ਤੋਂ ਵੱਡੇ ਲੋਕਾਂ ਨਾਲ ਬੈਠ ਕੇ ਗੱਲਬਾਤ ਕਰੀਏ ਜਿਨ੍ਹਾਂ ਦਾ ਐਕਸਪੀਰੀਅੰਸ ਸਾਨੂੰ ਬਹੁਤ ਜ਼ਿਆਦਾ ਹੋਏ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਜੇ 60 ਸਾਲ ਦਾ ਐਕਸਪੀਰੀਅੰਸ ਲੈਣਾ ਤੇ 60 ਸਾਲ ਦੇ ਹੋਵਾਂਗੇ ਤਾਂ ਹੀ ਹੈ ਜੇ ਅਸੀਂ ਅੱਜ 30 ਸਾਲ ਦੇ ਹੈਗੇ ਹਾਂ ਲੇਕਿਨ ਜੇ ਅਸੀਂ 50 ਔਰ 60 ਸਾਲ ਦੇ ਲੋਕਾਂ ਦੇ ਵਿੱਚ ਥੋੜਾ ਜਿਹਾ ਉੱਠਦੇ ਬੈਠਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਾਨੂੰ ਤਕਰੀਬਨ ਕੁਛ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਐਕਸਪੀਰੀਅੰਸ ਦੀਆਂ ਸਾਰੀਆਂ ਗੱਲਾਂ ਸਾਨੂੰ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਦੂਸਰੀ ਚੀਜ਼ ਕਦੀ ਵੀ ਦਿਮਾਗ ਨੂੰ ਖਾਲੀ ਨਾ ਛੱਡੋ ਬੇਕਾਰ ਨਾ ਛੱਡੋ ਕਿਉਂਕਿ ਖਾਲੀ ਜ਼ਮੀਨ ਦੇ ਉੱਤੇ ਬੇਕਾਰ ਦੇ ਪੌਦੇ ਜੰਗਲੀ ਬੂਟੀ ਬੜੀ ਜਲਦੀ ਵੱਧਦੀ ਹੈ ਤੇ ਹਮੇਸ਼ਾ ਕ੍ਰੀਏਟਿਵ ਕੰਮ ਕੁਛ ਨਾ ਕੁਛ ਸੋਚੋ ਔਰ ਉਸ ਵੱਲ ਅੱਗੇ ਵਧਣ ਦੀ ਐਫਰਟਸ ਕਰੋ ਕਦੀ ਵੀ ਤੁਹਾਨੂੰ ਇਹ ਦਿੱਕਤ ਨਹੀਂ ਆਏਗੀ ਕਿ ਤੁਹਾਡੇ ਪੋਜ਼ਿਟਿਵ ਥੋਟ ਜਿਹੜੇ ਨੇ ਉਹ ਡਿਸਟਰਬ ਹੋ ਸਕਣ ਤੋ ਇਹਦਾ ਮਤਲਬ ਹੈ ਕਿ ਜੌਲੀ ਸਾਹਿਬ ਜਿਹੜੇ ਲੋਕ ਕੁਛ ਨਹੀਂ ਕਰਦੇ ਪੜ੍ਹਦੇ ਨਹੀਂ ਹੈ ਜਾਂ ਵੈਸੇ ਬੈਠੇ ਰਹਿੰਦੇ ਆ ਤੇ ਤੁਸੀਂ ਸਮਝਦੇ ਹੋ ਕਿ ਉਹਨਾਂ ਦੇ ਵਿੱਚ ਜਿਹੜੀ ਨਕਾਰਾਤਮਕ ਜਾਂ ਹਾਂਜੀ ਨੈਗੇਟਿਵ ਸੋਚ ਜ਼ਿਆਦਾ ਹੁੰਦੀਆਂ ਜੀ ਦੇਖੋ ਖਾਲੀ ਭਾਂਡਾ ਪਿਆ ਹੋਏਗਾ ਜਦੋਂ ਉਹਨੂੰ ਅਸੀਂ ਸਾਫ਼ ਨਹੀਂ ਕਰਾਂਗੇ ਉਹਦੇ ਵਿੱਚ ਕੋਈ ਚੰਗੀ ਚੀਜ਼ ਨਹੀਂ ਪਾਵਾਂਗੇ ਤੇ ਕੁਛ ਨਾ ਕੁਛ ਧੂਲ ਮਿੱਟੀ ਔਰ ਬੇਕਾਰ ਦੀਆਂ ਚੀਜ਼ਾਂ ਹੀ ਉਹਦੇ ਚ ਗਿਰਣਗੀਆਂ ਜੇ ਅਸੀਂ ਉਸ ਨੂੰ ਪ੍ਰੋਪਰ ਸਾਫ਼ ਕਰਕੇ ਹਰ ਦਿਨ ਹੁਣ ਜਿਵੇਂ ਅਸੀਂ ਇੱਕ ਭਾਂਡੇ ਚ ਰੋਜ਼ ਦੁੱਧ ਲੈਂਦੇ ਹਾਂ ਜੇ ਕੱਲ ਵੀ ਅਸੀਂ ਉਸ ਚ ਦੁੱਧ ਲਾਂਗੇ ਉਹ ਖਰਾਬ ਹੋ ਜਾਏਗਾ ਲੇਕਿਨ ਉਸ ਭਾਂਡੇ ਨੂੰ ਡੇਲੀ ਸਾਨੂੰ ਅੰਦਰੋਂ ਸਾਫ਼ ਕਰਨਾ ਪੈਂਦਾ
साफ करांगे ओदे बाद असीं दुध पाईए दही पाईए फिर चंगीआं तों चंगीआं चीज़ां ओदे च रखांगे तां ओह साफ होणगीआं फिर ओह दुध तों असीं दही बना सकदे हां दही तों असीं मक्खण बना सकदे हां मक्खण तों असीं घिओ बना सकदे हां सेम चीज मतलब कुदरत दे छोटे छोटे ऐसे एग्जाम्पल ने जिहड़ी साडी जिंदगी दे उत्ते हर मोड़ ते खरे उतरदे ने कुदरत सानू हर स्टेज दे उत्ते इक बड़ा सोहना सुनेहा दिंदी है कुदरत तों वड्डा मैं कहिंदा कोई गुरु नहीं हो सकदा और वह हर स्टेज के उत्ते सानू समझांदी है कि किस तरह मतलब कि हुण कुदरत नूं जे असीं देखिए वह सिर्फ देना जानदी है लैणा दा नहीं हैगा जिवें असीं जरा जी खुशी किसी नूं दिंदे हां तां खुशी डबल होके साडे कोल आउंदी है उस खुशी नाल ही साडे मन खिड जांदा है साडी सोच जिहड़ी हैगी है वह साडे आस पास दा माहौल इन्ना सोहणा हुंदा है फिर दिल करदा कि हुण कुछ होर चंगा कीता जाए ते इह छोटीआं छोटीआं गल्लां ने जिहदे नाल साडी पूरी जिंदगी जिहड़ी खुशीआं नाल भर सकदी है मैं जिवें पहला भी कहा कि साढ़े आले दुआले जो कुछ वापरदा दुनिया भर के जी जे पॉजिटिव वापरदा भी हो मीडिया उन्होंने बहुत दसदा नहीं क्योंकि लोगों पॉजिटिव बहुत सोचने की भी गल है मीडिया जोड़ा है वह नैगेटिव ज़्यादा सैल करता क्योंकि नैगेटिव जिमें है जी फलानी जगह इन्ने लोग मारे गए फलानी जगह बंब फट गया फलाना जोड़ा मुल्क है वह इस वे न्यूकलियर लड़ाई की तैयारी कर रहा वगैरह वगैरह यह जी गल् इन्हों गलों तो किमें बचाया जा सकता है जी क्योंकि मेरा ख्याल है कि डू यू थिंक मैं तुम सवाल पहले यही पूछा कि यह गल् की तुहाडे अंदर नैगेटिविटी क्रिएट कर दी जी बिल्कुल ठीक है कि आज की डेट नैगेटिविटी दिखा के मीडिया या लोग कुछ नैगेटिव काम करके बड़ी जल्दी हीरो बनने की कोशिश करते हैं जमीन तो असि फर्स्ट या सैकंड फ्लोर से पानी ले जाना सू मोटर चाहिए बिजली चाहिए काफी सारे पैसे चाहिए ने लेकिन जे सैकंड फ्लोर तो पानी नीचे सुटना है तो एक सैकंड लगता है बाल्टी फरांगे नीचे सुट देंगे नैगेटिव काम कोई भी करते टाइम सानू ना तो जोर लाना पैंदा ना बहुती मेहनत करनी पैंदी ना पैसे खर्च करने पैंदे जो बंदा नैगेटिव न्यूज आंदी बड़ी जल्दी अजकल हीरो बन जाता है और दूजी गल ए भी है कि कहंदे आ बनाउणा औखा है तोड़ना सौखा है राइट जी बिल्कुल बिल्कुल तुसीं ठीक कहा हां जी बिलकुल लेकिन नैगेटिव काम नाल ए हैगा कि साडी जिंदगी नहीं चलदी असीं किते अगे नहीं वध सकदे जदों भी कदी दुनिया च याद किते जावांगे ते भैड़े कम्मां लई याद किते जावांगे लेकिन हमेशा काम बंदा वो करे कर्म ऐसे करके जाए हुण तुलसीदास जी होए फरीद साहब होए होर ऐसे साडे संत होए जिन्हां नूं असीं सवेरे उठ के बाणी च मत्था टेकदे हां उह सानूं की दे गए ने सिर्फ अपने कर्म और चंगी बाणी सिर्फ उन्होंने जी पॉजिटिव चंगी सोच हैगी अज उन्हों करके हजारा साल बाद भी उन्होंने असी ग्रंथा दे विच उन्हों की बाणी नूं मत्था टेकते हैं ते हमेशा काम ऐसे करने चाहिए ने कि जिंदगी बेशक खत्म ही हो जाए साडा पर्दा गिर भी जाए लेकिन जमाना हमेशा साडे लई तालियां वजांदा रहे पंजाब दी गूंज रेडियो प्रोग्राम च सन श्री जतेंद्र जौली जिहड़े कि जौली अंकल दे नाल जाने जांदे ने सारियां किताबां भी इसे ही नां दे अंडर लिखियां गईआं ने जौली साहब अखीर दे विच साडे सोते लई कुछ कहना चाहोगे जी पहले तो मैं पंजाब जी दा एक बार फिर ते दिल तो शुक्रिया अदा करदा और अपने श्रोतियां लई मैं एक दो लाइना जरूर कहना चाहवांगा कि लहरां तो घबरा के कदी भी नैया पार नहीं हुंदी लहरां तो घबरा के कदी भी नैया पार नहीं हुंदी जिन्हां दे हौसले बुलंद हुंदे ने उन्हां दी जिंदगी च कदी भी हार नहीं हुंदी वाह थैंक यू पंजाब दी गूंज जुड़े प्रोग्राम च कुछ एक संदेश उस तों बाद पेश करांगे खबरां दे दो बुलेटिन